ਹਾਂਜੀ, ਵੈਲਕਮ ਬੈਕ ਔਨ ਅਵਰ ਯੂਟਿਊਬ ਚੈਨਲ ਫਤਿਹ ਬਲੌਗ 'ਤੇ। ਜਿਹੜਾ ਅੱਜ ਦਾ ਬਲੌਗ ਹੈਗਾ ਉਹ ਕੋਈ ਇਤਿਹਾਸਿਕ ਬਲੌਗ ਨਹੀਂ ਹੈ ਅਤੇ ਨਾ ਹੀ ਕੋਈ ਗੁਰੂ ਘਰ ਦਾ ਬਲੌਗ ਹੈਗਾ। ਜਿਹੜਾ ਅੱਜ ਦਾ ਬਲੌਗ ਹੈਗਾ ਉਹ ਕਵਾਲੀਆਂ ਦਾ ਹੈਗਾ ਅਤੇ ਉਹਦੇ ਵਿੱਚ ਮਤਲਬ ਖਾਸ ਦੋ ਜਿਹੜੇ ਮਹਿਮਾਨ ਨੇਗੇ ਉਹ ਆ ਰਹੇ ਨੇਗੇ ਅਤੇ ਆਪਣੇ ਲਾਗੇ ਪਿੰਡ ਹੀ ਹੈਗਾ ਅਤੇ ਇਨਵਾਈਟ ਕੀਤਾ ਗਿਆ ਸਪੈਸ਼ਲੀ ਆਪਾਂ ਨੂੰ ਅਤੇ ਇਹਨਾਂ ਮਤਲਬ ਅਮੂ ਦੀ ਜਾਣ ਪਹਿਚਾਣਦੇ ਨੇ। ਸੋ ਫਿਰ ਤੁਹਾਨੂੰ ਪਤਾ ਕਿ ਆਪਾਂ ਜਾਣਾ ਮਿਸ ਨਹੀਂ ਕਰ ਸਕਦੇ ਹੈਗੇ, ਤਿੰਨ ਪਿਆਰ ਨਾਲ ਜਦੋਂ ਬੁਲਾਉਂਦਾ ਤਾਂ ਜਾਣਾ ਪੈਂਦਾ ਹੈ ਨਾ। ਅਤੇ ਉੱਥੇ ਜਿਹੜੇ ਖਾਸ ਦੋ ਮਹਿਮਾਨ ਨੇਗੇ ਉਹ ਆ ਰਹੇ ਨੇਗੇ, ਇੱਕ ਤਾਂ ਸਰਦਾਰ ਅਲੀ ਹੈ ਨਾ, ਸਰਦਾਰ ਅਲੀ। ਹਾਂਜੀ, ਸਰਦਾਰ ਅਲੀ, ਸਰਦਾਰ ਅਲੀ ਪਹੁੰਚ ਰਹੇ ਨੇ ਅਤੇ ਇੱਕ ਬਾਕਰਪੁਰ ਵਾਲੇ ਬਾਬਾ ਜੀ ਸਾਈਂ ਸੁਰਿੰਦਰ ਸ਼ਾਹ ਜੀ ਵੀ ਉੱਥੇ ਪਹੁੰਚ ਰਹੇ ਨੇ ਅਤੇ ਬਸ ਚੱਲਿਆ ਦੇਖਣ। ਸਰਦਾਰ ਅਲੀ ਨੂੰ ਅੱਜ ਤੋਂ 17 ਸਾਲ ਪਹਿਲਾਂ ਅਸੀਂ ਇਸੇ ਜਗ੍ਹਾ 'ਤੇ ਸੁਣਿਆ ਸੀ, ਇਸੇ ਆ ਜਿਹੜਾ ਆਪਣਾ ਰੂਮ ਹੈ ਨਾ, ਇੱਥੇ ਬੈਠੇ ਸੀ ਜਦੋਂ ਆਏ ਸੀ ਉਹ, ਬਹੁਤ ਛੋਟੇ ਸੀ ਸਾਡੀ ਉਮਰ। ਉਦੋਂ ਉਹਨੇ ਇੱਕ ਚੀਜ਼ ਗਾਈ ਸੀ ਕਿ ਘੋੜੀ ਗਾਈ ਸੀ ਛੋਟੇ ਸਾਹਿਬਜ਼ਾਦਿਆਂ ਦੀ, ਮੈਂ ਵੀ ਸੁਣਾਈ ਸੀ। ਅੱਧੀ ਰਾਤੀ ਮਾਤਾ ਗੁਜਰੀ ਬੈਠੀ ਘੋੜੀਆਂ ਚੰਨਾਂ ਦੀਆਂ ਗਾਵੇ, ਅੱਖਾਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ, ਇੱਟ ਉੱਤੇ ਇੱਟ ਰੱਖ ਕੇ ਇਹਨਾਂ ਤਾਰਿਆਂ ਦੀ ਚਮਕ ਲਕੋਏ, ਢਿੱਡ ਦਾ ਸੇਕ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਅੱਧੀ ਰਾਤੀ ਮਾਤਾ ਗੁਜਰੀ ਬੈਠੀ ਘੋੜੀਆਂ ਚੰਨਾਂ ਦੀਆਂ ਗਾਵੇ। ਦੇਖਾਂਗੇ ਜੇ ਉਹਨਾਂ ਨੂੰ ਕਹਾਂਗੇ ਜੇ ਸੁਣਾਈ ਉਹਨਾਂ ਨੇ ਘੋੜੀ ਦੁਬਾਰੇ ਤੇ ਸੁਣਾਂਗੇ, ਬਹੁਤ ਵਧੀਆ ਗਾਉਂਦੇ ਨੇ ਤੇ ਪਤਾ ਹੀ ਅੱਜ ਕੱਲ੍ਹ ਸਰਦਾਰ ਅਲੀ ਚੱਲ ਰਹੇ ਨੇ ਪੂਰੇ। ਬਿਆਨ ਕਰਨ ਦਾ ਤਰੀਕਾ ਬਹੁਤ ਵਧੀਆ, ਮਤਲਬ ਪਿਓਰ ਪੰਜਾਬੀ ਚ ਉਹ ਗਾਉਂਦੇ ਨੇ ਤੇ ਅਸੀਂ ਤਾਂ ਬਹੁਤ ਵਾਰ ਸੁਣਿਆ ਪੈਸੇ ਉਹਨਾਂ ਨੂੰ, ਅੱਜ ਕਿਹਨੂੰ ਪਹਿਲੀ ਵਾਰ ਸੁਣਾ ਰਹੇ ਆ ਜਾ ਕੇ। ਇਹ ਤਾਂ ਹੈ, ਸਾਡਾ ਇਹ ਨੀ ਹੈਗਾ ਕੋਈ, ਸਾਡੇ ਬਾਬਾ ਜੀ ਦੇ ਦਰਬਾਰ ਹੈ ਤੋ ਉਸ ਨਾਲ ਸਾਨੂੰ ਵੀ ਫਿਰ ਦਾਵਤ ਆਉਂਦੇ ਰਹਿੰਦੇ ਨੇ ਤੇ ਸਾਨੂੰ ਜਾਣ ਪੈਂਦਾ। ਤੇ ਮੈਂ ਕੀ ਕਹਿ ਰਹੀ ਸੀਗੀ, ਮੇਰੀ ਗੱਲ ਵਿੱਚ ਰਹਿ ਗਈ, ਤੁਸੀਂ ਸਮਝ ਗਏ ਹੋਗੇ ਕਿ ਚੈਨਲ ਸਬਸਕ੍ਰਾਈਬ ਕਰਨਾ, ਲਾਈਕ ਦਾ ਬਟਨ ਦਬਾਉਣਾ, ਕਮੈਂਟ ਕਰਨਾ ਗਾ ਤੇ ਆਪਾਂ ਚੱਲਦੇ ਵਿੱਚੋਂ ਦਿਖਾਵਾਂਗੇ ਤੇ ਪੂਰੀ ਵੀਡੀਓ ਅਸੀਂ ਤੁਹਾਨੂੰ ਗੱਲ ਪਾ ਦਾਂਗੇ, ਨਾਰਮਲੀ ਤੁਹਾਨੂੰ ਅੱਜ ਬਲੌਗ ਸਾਰਾ ਦਿਖਾ ਦਾਂਗੇ ਵਿੱਚੋਂ ਕਰਕੇ। ਠੀਕ ਹੈ, ਚਲੀਏ ਚੱਲਦੇ। ਗੱਡੀ ਕਿੱਥੇ ਲਾਈ ਹੈ, ਕਿੱਧਰਲੀ ਸਾਈਡ, ਉੱਥੋਂ ਦੀ ਘੁਮਾ ਕੇ ਕਹਿੰਦਾ ਹੈ। ਤੁਸੀਂ ਐਂ ਕਰੋ, ਕਹਿੰਦਾ ਤੁਸੀਂ ਤੱਕ ਮੈਂ ਕਰ ਕਮਰੇ ਚ ਕਿਸੇ ਦੇ ਆਉਣ ਆਹਟ ਹੁੰਦੀ ਤੇ ਬੱਚੇ ਦੀ ਅੱਖ ਖੁੱਲ ਜਾਂਦੀ ਹੈ। ਬੱਚਾ ਕੀ ਵੇਖਦਾ ਕਿ ਕਮਰੇ ਚ ਅਜੀਬ ਜਿਹਾ ਬੰਦਾ ਖੜਾ ਹੈ, ਉਹ ਬੱਚਾ ਵੇਖ ਕੇ ਡਰ ਜਾਂਦਾ, ਡਰਦਾ ਡਰਦਾ ਉਹਨੂੰ ਪੁੱਛਦਾ, ਕਹਿੰਦਾ ਭਾਈ ਤੂੰ ਕੌਣ ਹੈ? ਅੱਗੋਂ ਆਵਾਜ਼ ਆਉਂਦੀ ਹੈ, ਮੈਂ ਮੌਤ ਦਾ ਫਰਿਸ਼ਤਾ, ਮੈਂ ਇਜ਼ਰਾਈਲ ਮਲਕੁਲ ਮੌਤ ਆ, ਕੀ ਕਰਨਾ ਹੈ? ਫਰਿਸ਼ਤਾ ਜਵਾਬ ਦਿੰਦਾ, ਤੇਰੀ ਮਾਂ ਦੇ ਮਰਨ ਦਾ ਵਕਤ ਹੋ ਗਿਆ, ਉਹਨੂੰ ਲੈ ਕੇ ਜਾਣ ਲਈ ਆ। ਬੱਚਾ ਸੋਚਦਾ ਹੈ, ਤਵਜੋ ਤਵਜੋ, ਮੇਰਾ ਧਿਆਨ ਨਾਲ ਸੁਣਨਾ ਤੂੰ, ਬੱਚਾ ਕਹਿੰਦਾ ਹੈ ਮੇਰੀ ਮਾਂ ਨੇ ਮਰ ਜਾਣਾ? ਆਪਣੀ ਮਾਂ ਦੇ ਮਰਨ ਦੀ ਗੱਲ ਸੋਚ ਕੇ ਬੱਚੇ ਦਾ ਕਲੀਜਾ ਜਿਹਾ ਬੈਠ ਗਿਆ, ਭੁੱਖਾ ਮਾਰ ਮਾਰ ਕੇ ਲੱਗਿਆ ਰੋਣ, ਹੁੱਕੀ ਹੁੱਕੀ ਲੱਗਿਆ ਰੋਣ, ਰੋਦਾ ਰੋਦਾ ਉਸ ਫਰਿਸ਼ਤੇ ਨੂੰ ਕਹਿੰਦਾ, ਤੈਨੂੰ ਰੱਬ ਦਾ ਵਾਸਤਾ, ਤੈਨੂੰ ਰੱਬ ਦੇ ਨਬੀ ਦਾ ਵਾਸਤਾ, ਤੈਨੂੰ ਅਲੀ ਦਾ ਵਾਸਤਾ, ਸ਼ੋਹਦਾ ਕਰਬਲਾ ਦਾ ਵਾਸਤਾ, 11ਵੀਂ ਵਾਲੀਆਂ ਸਰਕਾਰਾਂ ਦਾ ਵਾਸਤਾ, ਤੂੰ ਮੇਰੇ ਨਾਲ ਇੱਕ ਸੌਦਾ ਕਰ। ਜਿਹੜਾ ਸੌਦਾ, ਤੈਨੂੰ ਜਾਨ ਚਾਹੀਦੀ ਹੈ ਨਾ, ਜਾਨ ਦੇ ਬਦਲੇ ਜਾਨ ਦੇਣ ਨੂੰ ਤਿਆਰ ਆ, ਤੂੰ ਮੇਰੀ ਜਾਨ ਲੈ ਜਾ ਪਰ ਮੇਰੀ ਮਾਂ ਦੀ ਜਾਨ ਬਖਸ਼ ਦੇ। ਕਹਿੰਦਾ ਪੁੱਤਰਾ ਉਹ ਤੂੰ ਕਿਹੜੇ ਸੌਦੇ ਦੀ ਗੱਲ ਕਰਦਾ, ਤੂੰ ਥੋੜਾ ਲੇਟ ਹੋ ਗਿਆ, ਜਿਹੜੇ ਸੌਦੇ ਦੀ ਤੂੰ ਗੱਲ ਕਰਦਾ ਨਾ, ਉਹ ਸੌਦਾ ਤਾਂ ਤੇਰੇ ਤੋਂ ਪਹਿਲਾਂ ਤੇਰੀ ਮਾਂ ਨੇ ਕਰੇ। ਔਲਾਦ ਦੀ ਖਾਤਰ, ਧੀਆਂ ਪੁੱਤਰਾਂ ਦੀ ਖਾਤਰ ਜ਼ਿੰਦਗੀ ਔਰ ਮੌਤ ਦੇ ਸੌਦੇ ਕਰ ਲੈਂਦੇ ਹਾਂ, ਜ਼ੋਰ ਪਹਿਲਾਂ ਮਾਂ ਵਿਛੜ ਰਹੀ ਹੈ, ਮਾਂ ਦੇ ਨਾਲ ਜਾਂਦੀ ਵਰਦੇ ਗੱਲਾਂ ਕਰਦਾ, ਜ਼ਰਾ ਤਵਜੋ ਦੇਣਾ ਕੀ ਕਹਿੰਦਾ।
ਜਦੋਂ ਤੱਕ ਮੋਢੇ ਉੱਤੇ ਹੱਥ ਹੋਵੇ ਬਾਪੂ ਵਾਲਾ
I'm gonna make you mine.
Oh,
ਅੱਜ ਦਾ ਵਲੌਗ ਤੇ ਬਹੁਤ ਹੀ ਵਧੀਆ ਸੀਗਾ ਕਿਉਂਕਿ ਸਰਦਾਰ ਅਲੀ ਹੋਵੇ ਤੇ ਰੰਗ ਨਾ ਬੰਨੇ ਜਾਣੇ ਤਾਂ ਹੋ ਨਹੀਂ ਸਕਦਾ ਹੈਗਾ ਹਨਾ ਤੇ ਪਹਿਲੀ ਸਭ ਤੋਂ ਮੈਂ ਮਤਲਬ ਮੈਨੂੰ ਸਭ ਤੋਂ ਵਧੀਆ ਗੱਲ ਉਹਨਾਂ ਦੀ ਇਹ ਲੱਗਦੀ ਹੈ ਕਿ ਉਹ ਹਰ ਇੱਕ ਚੀਜ਼ ਨੂੰ ਐਕਸਪਲੇਨੇਸ਼ਨ ਦੇ ਨਾਲ ਮਤਲਬ ਬਣਾਉਂਦੇ ਨੇਗੇ ਕਰਦੇ ਨੇਗੇ ਸਾਰਾ ਕੁਝ ਗਾਉਂਦੇ ਨੇ ਤੇ ਜਦ ਤੱਕ ਬੰਦੇ ਨੂੰ ਐਕਸਪਲੇਨ ਹੀ ਨਾ ਹੋਵੇ ਵੀ ਗੱਲ ਕਿਸ ਚੀਜ਼ ਦੀ ਚੱਲ ਰਹੀ ਹੈ ਤੇ ਕੀ ਮੁੱਦਾ ਚੱਲ ਰਿਹਾ ਕੀ ਹੋ ਰਿਹਾ ਤਦ ਤੱਕ ਗਾਉਣ ਦਾ ਹਨਾ ਫਾਇਦਾ ਹੀ ਨਹੀਂ ਸਵਾਦ ਹੀ ਨਹੀਂ ਆਉਂਦਾ ਹੈਗਾ ਤੇ ਜਿਹੜੇ ਤਰੀਕੇ ਨਾਲ ਉਹਨਾਂ ਨੇ ਸਾਰਾ ਵਿਸਤਾਰਪੂਰਵਕ ਦੱਸਿਆ ਤੇ ਗਾਇਆ ਬਹੁਤ ਹੀ ਵਧੀਆ ਲੱਗਿਆ ਤੇ ਕੋਈ ਮੈਨੂੰ ਲੱਗਦਾ ਕੋਈ ਬਜ਼ੁਰਗ ਕੋਈ ਬੱਚਾ ਜਿਹਨੂੰ ਨਾ ਸਮਝ ਆਈ ਹੋਵੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਊਗਾ ਹਨਾ ਅਲੱਗ ਅਲੱਗ ਡਿਫਰੈਂਟ ਟੌਪਿਕ ਤੇ ਗਾਇਆ ਮਾਰਚ ਮਾਰੇ ਜੰਗਲਾਂ ਤੇ ਕਈ ਲੋਕ ਨਾ ਕਹਿੰਦੇ ਨੇ ਕਿ ਤੁਸੀਂ ਭੜ ਕੇ ਫਿਰਦੇ ਹੋਗੇ ਧਰਮ ਹੈ ਕਿਉਂਕਿ ਇਹ ਇਨਸਾਨ ਦੀ ਤਾਂ ਜਾਤ ਇੱਕੇ ਹੈਗੀ ਲੋਕਾਂ ਨੇ ਵੰਡਿਆ ਹੋਇਆ ਹੈਗਾ ਹਨਾ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਤੇ ਮੈਨੂੰ ਲੱਗਦਾ ਨਹੀਂ ਹੈਗਾ ਕੋਈ ਅਲੱਗ ਅਲੱਗ ਧਰਮ ਨੇਗੇ ਉਹਨਾਂ ਨੇ ਮਤਲਬ ਦਸ਼ਮੇਸ਼ ਪਿਤਾ ਜੀ ਦੇ ਬਾਰੇ ਗਾਇਆ ਮਾਛੀਵਾੜੇ ਦੇ ਜੰਗਲ ਬਾਰੇ ਤੇ ਉਹ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਹਾਂ ਤੇ ਮਾਵਾਂ ਬਾਰੇ ਗਾਇਆ ਸੀ ਬਹੁਤ ਹੀ ਵਧੀਆ
ਮਤਲਬ ਹਰ ਇੱਕ ਟੌਪਿਕ ਤੇ ਉਹਨਾਂ ਨੇ ਗਾਇਆ ਤੇ ਬਹੁਤ ਹੀ ਵਧੀਆ ਲੱਗਿਆ ਸੁਣੀ ਦਾ ਕੜਾ ਹਾਂ ਜੇ ਸੀਗਾ ਬਸ ਫਿਰ ਅੱਜ ਦਾ ਵਲੌਗ ਤੇ ਹੁਣ ਆਪਾਂ ਇੱਥੇ ਕਰਦੇ ਹਾਂਗੇ ਸਮਾਪਤੀ ਤੇ ਮਿਲਦੇ ਹਾਂ ਨਵੇਂ ਕਿਸੇ ਵਲੌਗ ਦੇ ਨਾਲ ਨਵੇਂ ਕਿਸੇ ਵੀਡੀਓ ਦੇ ਨਾਲ ਨਵੇਂ ਕਿਸੇ ਲੋਕੇਸ਼ਨ ਤੇ ਨਵੇਂ ਕਿਸੇ ਅਲੱਗ ਤੋਂ ਪਾ ਦਾਂਗੇ ਤੇ ਹਾਂ ਉਹ ਤਾਂ ਆਪਾਂ ਬਾਅਦ ਚ ਦੇਖਾਂਗੇ ਕਿ ਕਿਸ ਤਰ੍ਹਾਂ ਕੀ ਹੋਣਾਗਾ ਤੇ ਤੁਸੀਂ ਥੋੜੀ ਜਿਹੀ ਐਡਜਸਟਮੈਂਟ ਕਰਿਓ ਕਿਉਂਕਿ ਵਲੌਗ ਕਾਫੀ ਜ਼ਿਆਦਾ ਲੰਮਾ ਚੱਲਿਆ ਗਿਆ ਤੇ ਹੋ ਸਕਦਾ ਆਪਾਂ ਜਿਹੜਾ ਆਪਣਾ ਸੂਫੀ ਜ਼ੂਨ ਚੈਨਲ ਆ ਉਹਦੇ ਤੇ ਪਾ ਦਾਂਗੇ ਉਹਦੇ ਤੇ ਪਾ ਦਾਂਗੇ ਇੱਕ ਇਸੇ ਤੇ ਪਾਵਾਂਗੇ ਤੇ ਕਿਉਂਕਿ ਕਵਾਲੀਆਂ ਕਾਫੀ ਜ਼ਿਆਦਾ ਹੋ ਗਈਆਂ ਸੀ ਤੇ ਕੋਈ ਚੀਜ਼ ਹਜੇ ਹੈ ਨਹੀਂ ਸੀ ਜਿਹੜੀ ਆਪਾਂ ਚੱਕ ਸਕੀਏ ਤੇ ਸਾਰੀ ਆਪਾਂ ਨੇ ਮਤਲਬ ਟੋਟਲੀ ਕੈਪਚਰ ਕੀਤੀ ਹੈਗੀ ਤੇ ਜੇ ਕੈਪਚਰ ਕੀਤੀ ਤਾਂ ਪਾਉਣ ਦਾ ਬਣਦਾਗਾ ਸੋ ਚਲੋ ਕੋਈ ਗੱਲ ਨਹੀਂ ਆਪਾਂ ਮਿਲਦੇ ਆ ਵਲੌਗ ਦੇ ਨਾਲ ਕਿਉਂਕਿ ਨੰਨੇ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਹੁਣ ਇਹਨੇ ਜ਼ਿਆਦਾ ਟਾਈਮ ਨਹੀਂ ਬੈਠਣਾ ਹੈਗਾ ਤੇ ਠੀਕ ਹੈ ਜੀ ਤੇ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਤੇ ਚਲੋ ਜੀ ਫਿਰ ਓਕੇ ਬਾਏ ਬਾਏ ਥੈਂਕ ਯੂ ਸੋ ਮੱਚ।